ਬਿਸਮਿਲਲਾਹਿਰਰਹਿਮਾਨਿਰਰਹੀਮ ਅਸਲਾਮੁ ਅਲੈਕੁਮ ਵੇਖ ਰਹੇ ਹੋ ਤੁਸੀਂ ਸਾਰੋਕੀ ਚੈਨਲ ਅਤੇ ਮੈਂ ਤੁਹਾਡਾ ਮਿਜ਼ਬਾਨ ਸ਼ਾਦੇਵ ਰੈਚ ਜ਼ਿਲ੍ਹਾ ਗੁਜਰਾਤ ਪਿੰਡ ਸਾਰੋਕੀ। ਸਭ ਤੋਂ ਪਹਿਲਾਂ ਤੁਹਾਡੇ ਭਰਾਵਾਂ ਦਾ ਸ਼ੁਕਰੀਆ ਅਦਾ ਕਰਦੇ ਭਰਾ ਵੀਡੀਓ ਵੇਖਦੇ ਹੋ, ਲਾਈਕ ਕਰਦੇ ਹੋ ਜਾਂ ਕਮੈਂਟ ਕਰਦੇ ਹੋ, ਜਿਨ੍ਹਾਂ ਜਿਨ੍ਹਾਂ ਭਰਾਵਾਂ ਪਿਛਲੀ ਵੀਡੀਓ 'ਤੇ ਸਲਾਮ ਆਖਿਆ ਵਾਲੇਕੁਮ ਸਲਾਮ। ਜਿਹੜੇ ਨਵੇਂ ਭਰਾ ਵੀਡੀਓ ਵੇਖਦੇ ਹੋ ਪਿਓ ਚੈਨਲ ਨੂੰ ਕਰਾਇਆ ਸਬਸਕ੍ਰਾਈਬ ਤਾਂ ਬੈਲ ਆਈਕਨ ਦਾ ਬਟਨ ਦੂਰ ਦਬਾ ਜੇ ਤਾਂ ਕਿ ਸਾਡੀ ਹਰ ਇੱਕ ਨਵੀਂ ਵੀਡੀਓ ਤੁਹਾਡੇ ਭਰਾਵਾਂ ਤੱਕ ਬਾਸਾਨੀ ਪਹੁੰਚ ਜਾਏ। ਅੱਜ ਦੀ ਵੀਡੀਓ ਕੁਝ ਇਸ ਤਰ੍ਹਾਂ ਵੇ, ਤਾਰੀਖ ਹੈ 3 ਜੂਨ ਬਰੋਜ਼ ਸੋਮਵਾਰ 2024। ਅੱਜ ਦੀ ਵੀਡੀਓ 'ਚ 4 ਜਿਹੜੀਆਂ ਨੇ ਵਿਹੜੀਆਂ ਭਰਾਵਾਂ ਨੂੰ ਵੇਖਣ ਨੂੰ ਲੱਭਣੀਆਂ ਨੇ। ਨੰਬਰ ਨੋਟ ਕਰਾ ਛੱਡਣਾ 0318-84-8176। ਲੋਕੇਸ਼ਨ ਕੁਝ ਇਸ ਤਰ੍ਹਾਂ ਵੇ, ਗੁਜਰਾਤ ਸ਼ਹੀਦ ਚੌਕ ਦੂਜਾ ਮੁੱਗਾ ਰੋਡ ਪੈਂਦਾ, ਤਕਰੀਬਨ 3 ਜਾਂ 4 ਕਿਲੋਮੀਟਰ ਅੱਗੇ ਸਾਡਾ ਪਿੰਡ ਸਾਰੋ ਕੀ ਹੈ। ਜੇ ਮੁੱਗੋ ਵਾਲੀ ਸਾਈਡ ਤੋਂ ਆ ਰਹੇ ਹੋ ਤਾਂ ਕੁੰਜਾ ਕ੍ਰਾਸ ਕਰਦਿਆਂ ਸਾਰ ਅੱਗੇ ਪਿੰਡ ਸਾਰੋ ਕੀ ਹੈ। ਮਜ਼ੀਦ ਲੋਕੇਸ਼ਨ ਜੇ ਕਿਸੇ ਭਰਾ ਨੂੰ ਨਾ ਪਤਾ ਲੱਗੇ, ਨੰਬਰ 'ਤੇ ਰਾਬਤਾ ਕਰਕੇ ਤੁਸੀਂ ਪੁੱਛ ਸਕਦੇ ਹੋ। ਫਾਰਮ ਦਾ ਨਾਂ ਹੈ ਡਾਕਟਰ ਡੇਰੀ ਫਾਰਮ। ਪਿਛਲੀ ਵੀਡੀਓ 'ਤੇ ਜਿਹੜੇ ਜਾਨਵਰ ਲੱਗੇ ਸਨ ਉਹ ਜਾਨਵਰ ਵਿਕ ਗਏ ਨੇ। ਤਾਰਫ ਜਿਹਾ ਨਾ ਭਾਈਆਂ ਦਾ ਕਰਾ ਹੜਨਾ ਵਾਂ। ਇੱਕ ਗਾਂ ਜਿਹੜੀ ਹੈ ਜ਼ਿਸ਼ਾਨ ਸਾਹਿਬ ਨੇ ਹਾਲ ਮਕੀਮ ਸਾਊਦੀ ਅਰਬ ਪਹਿਲਾ ਨੰਬਰ ਆਈ ਜਿਹੜੀ ਵਹਿੜੀ ਸੀ ਉਹਨਾਂ ਲਈ ਹੈ, ਜ਼ਿਲ੍ਹਾ ਨਾਰੋਵਾਲ ਉਹਨਾਂ ਵਹਿੜੀ ਲਈ ਹੈ। ਇੱਕ ਜਿਹੜੀ ਹੈ ਵਹਿੜੀ ਦੂਸਰੇ ਨੰਬਰ ਹੀ ਦਨਾਨ ਸਾਹਿਬ ਨੇ ਫੈਸਲਾਬਾਦ ਤੋਂ ਇੱਕ ਵਹਿੜੀ ਉਹਨਾਂ ਲਈ ਹੈ। ਇੱਕ ਗਾਂ ਜਿਹੜੀ ਹੈ ਵੱਡੀ ਗਾਂ ਜਿਹੜੀ ਸੀ ਉਹ ਤੀਸਰੇ ਨੰਬਰ ਆਈ ਜਿਹੜੀ ਗਾਂ ਹੈ ਉਹ ਲਈ ਹੈ ਮੋਹਸਨ ਸਾਹਿਬ ਨੇ ਸਿਆਲਕੋਟ ਤੋਂ। ਤੀਸਰੇ ਨੰਬਰ ਆਈ ਵਹਿੜੀ ਉਹਨਾਂ ਲਈ ਹੈ। ਜਿਹੜੀ ਕਾਲੀ ਗਾਂ ਸੀ ਉਹ ਜਨਾਬ ਲਿਆਕਤ ਸਾਹਿਬ ਨੇ ਸ਼ਹਿਰ ਗੁਜਰਾਤ ਨੱਤ ਹਾਊਸ ਦੇ ਨਾਲ ਹੀ ਉਹਨਾਂ ਜਨਾਬ ਡੇਰਾ ਉਹਨਾਂ ਗਾਂ ਲਈ ਹੈ। ਇੱਕ ਗਾਂ ਜਿਹੜੀ ਹੈ ਉਹ ਰਹਿਮਾਨ ਗੁੱਜਰ ਸਾਹਿਬ ਨੇ ਗਾਂ ਉਹਨਾਂ ਲਈ ਹੈ ਅਤੇ ਇੱਕ ਗਾਂ ਜਿਹੜੀ ਹੈ ਉਹ ਵੀਡੀਓ ਤੋਂ ਪਹਿਲੇ ਤੁਸੀਂ ਵੇਖਿਆ ਸੀ ਵਿਕ ਗਈ ਹੈ। ਅੱਜ 4 ਗਾਵਾਂ ਦੇ ਜਾਣਾ ਵਾ ਰੇਟ ਲਾ ਦੇਣੇ ਨੇ। 2 ਜਿਹੜੀਆਂ ਨਾ ਉਹ ਸੂਈਆਂ ਨੇ ਅਤੇ 2 ਤਿਆਰ ਨੇ। ਪਹਿਲੇ ਨੰਬਰ 'ਤੇ ਜਾਣਾ ਉਹ ਬਿਸਮਿਲਾ ਕਰਨੇ ਆ, ਦੋਂਦੀ ਵਹਿੜੀ ਹੋਵੇ ਦੀ ਮੂੰਹ 'ਚ ਹੋਵੇ ਦੀ 2 ਦੰਦ, ਰੰਗ ਬੜਾ ਪਿਆਰਾ ਇਹਦਾ। ਜੱਸੀ ਫਰੀਦੀਅਨ ਕ੍ਰਾਸ ਵਿੱਚ ਵੈੜੀ ਇਹਦਾ ਡੱਬ ਵੇਖਣੇ ਨੇ, ਇਹਦੀ ਕਸ਼ਿਸ਼ ਵੇਖਣੀ ਹੈ ਵੈੜੀ ਦੀ। ਮਾਸ਼ਾਅੱਲਾ ਬਹੁਤ ਹੀ ਪਿਆਰਾ ਜਾਨਵਰ ਹੈ। ਹਾਈਟ ਵੇਖ ਲੈਣੀ ਹੈ, ਇਹਦੀ ਜਿਸਾਮਤ ਚੈੱਕ ਕਰ ਲੈਣੀ ਹੈ ਅਤੇ ਮੂੰਹ 'ਚ ਹੋਣਾ ਇਹਨੇ 2 ਦੰਦ। ਉਹ ਬਸ ਬੱਚਿਆ ਪੁੱਤਰ ਇੱਕ ਡਰਾਮੇ ਕਰਦੀ ਵਾਹ ਜੀ ਆਮਾ ਸਾਹਿਬ ਨਜ਼ਰ ਆ ਗਈ ਹੈ ਜੀ, ਪਤਾ ਲੱਗ ਗਿਆ 2 ਦੰਦ ਹੈ। ਜਨਮਨ ਦੋਂਦੀ ਹੋਵੇ ਦੀ, ਜਿਹੜੀ ਦੋਂਦੀ ਦੱਸਾਂ ਤੇ ਉਹ ਦੋਂਦੀ ਨਿਕਲੇ ਦੀ, ਜਿਹੜੀ ਚੌਗੀ ਹੋਈ ਉਹ ਚੌਗੀ ਹੋਵੇ ਦੀ, ਜੋ ਕੁਝ ਹੋਵੇ ਦਾ ਜਨਾਬ ਜਨਮਨ ਉਹ ਗੱਲ ਜਾਣਾ ਭਰਾਵਾਂ ਨੂੰ ਦੱਸਾਂ ਦੇ, ਇਹ ਝੂਠ ਘੜਾ ਲਾ ਕੰਮ ਨਹੀਂ ਹੋਣ ਲਗਾ। ਵੱਛੀ ਦੀ ਹਾਈਟ ਬੜੀ ਹੈ, ਫਿਰ ਰੰਗ ਬੜਾ ਪਿਆਰਾ ਇਹਦਾ ਅਤੇ ਨਸਲ ਬੜੀ ਹੈ। ਆਹ ਗਰਮੀ ਸ਼ਰਮੀ ਨਹੀਂ ਕਰਨੀ ਆਈ ਵੱਛੀ। ਖਾਣ ਪੀਣ ਦੀ ਬੜੀ ਚਰਕੀ ਚਾਰੂ ਹੈ, ਸਿੰਘ ਹੈ ਤੂੰ ਥੋੜ੍ਹੇ ਥੋੜ੍ਹੇ ਬਕਾਇਆ ਜਨਾਬ ਹਰ ਸ਼ਹਿ ਜਿਹੜੀ ਹੈ ਨਾ ਮੱਛੀ ਦੀ ਪੂਰੀ ਹੈ। ਖਾਣਾ ਬੜਾ ਪਿਆਰਾ ਲੱਗਿਆ, ਫਿਰ ਤੇ ਲਿਬਾਸ ਦੇ ਵਿੱਚ ਜਿਹੜੀ ਹੈ ਨਾ ਫਾਂਡ
ਕਾਲੀ ਫਾਂਟ ਜਨਾਬ, ਇਹ ਬੜੀ ਜਨਾਬ ਅੱਗੇ ਵੀ ਜਿਹੜਾ ਨਾ ਉਹ ਕਈਆਂ ਭਰਾਵਾਂ ਨੂੰ ਦੱਸਿਆ ਜਿਹੜੇ ਲਿਬਾਸ ਦੇ ਵਿੱਚ ਧਾਰੀ ਹੋਵੇ ਦੀ ਉਹ ਵਹਿੜੀ ਕਦੀ ਭੈੜੀ ਨਹੀਂ ਹੋਣਗੀ, ਖਰੀ ਹੋਵੇ ਦੀ। ਖੂਬਸੂਰਤੀ ਦਾ ਫਿਰ ਐਂਡ ਹੋਏ ਆ ਮੱਛੀ ਜਿਹੜੀ ਹੈ ਖੁਰ ਵੇਖਣੇ ਨੇ ਫਿਰ ਇੰਜ ਲੈਂਦਾ ਜਿਵੇਂ ਡੱਬੀ ਧਰ ਕੇ ਜਿਹਾ ਨਾ ਬਣਾਏ ਇਹਨੇ ਮੱਛੀ ਦੇ ਆਪ ਥੱਲੇ ਇਹਦਾ ਮੱਛੀ ਹੈ। ਅੱਜ ਕੋਈ ਜਿਹਾ ਨਾ ਉਹ ਛਿਆਂ ਕੁ ਦਿਨਾਂ ਦੀ ਵੜੀ ਸੂਈ ਹੈ ਥੱਲੇ ਦਾ ਮੱਛੀ ਅਤੇ ਇਹਦੇ ਕੋਲ 13 ਤੋਂ 14 ਲੀਟਰ ਜਿਹਾ ਦੁੱਧ ਦੀ ਗਰੰਟੀ ਹੋਵੇ ਦੀ। ਬੋਲਾ ਖਤਮ ਹੋ ਗਿਆ ਦੁੱਧ ਹੀ ਜਿਹਾ ਨਾ 13-14 ਲੀਟਰ ਜਿਹਾ ਦੁੱਧ ਉਹਦੀ ਗਰੰਟੀ ਹੋਵੇ ਦੀ। ਨਜ਼ਰ ਜੀ ਇਹਦੀ ਇੱਕ ਜਨਾਬ ਗੱਲ ਹੈ ਜਿਹੜੀ ਉਹ ਭਰਾਵਾਂ ਨੂੰ ਪਹਿਲੇ ਦੱਸਣੀ ਹੈ। ਇਹ ਵੈੜੀ ਜੇ ਸੂਈ ਹੈ ਪਿਛਲਿਆਂ ਮਾਲਕਾਂ ਦੇ ਵੱਛੀ ਜਿਹੜੀ ਹੈ ਨਾ ਪਹਿਲਣ ਹੋਵੇ ਗਾਂ ਜਾਂ ਝੋਟੀ ਓਲ ਛੋਲ ਕਰਦੀ ਹੈ, ਇਹਨੇ ਕਿਤੇ ਓਲ ਛੋਲ ਕੀਤੀ ਹੈ ਅਤੇ ਸਾਈਆਂ ਨੇ ਇੰਜੇ ਕਿਤੇ ਪੱਠਿਆਂ 'ਤੇ ਚੋਈ ਹੈ, ਇਹ ਉਹਦੇ 'ਤੇ ਹਿਲ ਗਈ ਹੈ। ਬੱਚਾ ਇਹਦਾ ਆਪਣਾ ਹੋਵੇ ਤਾਂ ਜਨਮਨ ਇਸ ਗੱਲ ਦੀ ਗਰੰਟੀ ਹੋਵੇ ਦੀ ਝੂਠ ਘੜਾਲ ਮਾਰਨਾ ਵਾ ਤਾਂ ਮੈਂ ਇਹ ਤੁਹਾਨੂੰ ਜਿਹਾ ਨਾ ਮੇਲ ਕੇ ਮਿਲਦੀ ਹੋਣੀ ਜਿਹੜੀ ਹੈ ਨਾ ਬਗੈਰ ਇੰਜੇ ਵੰਗਾ ਮਾਰ ਕੇ ਅਤੇ ਥੱਲੇ ਬਹਿ ਜਾਣਾ ਬਗੈਰ ਬੱਚੇ ਤੋਂ ਇਹਨੇ ਮਿਲ ਪੈਣਾ, ਬਾਅਦ 'ਚੋਂ ਬੱਚੇ ਨੂੰ ਤੁਸੀਂ ਚੰਗਾ ਸਕਦੇ ਹੋ। ਠੀਕ ਹੈ, ਵੱਛੀ ਲੱਤ ਵੀ ਨਹੀਂ ਚਾਹਣਗੀ। ਉਂਝ ਜੇ ਮੈਂ ਨਹੀਂ ਕਰਨਾ ਹੋਵੇ ਪਹਿਲੇ ਹੀ ਮੇਲ ਨਾ ਵੱਛੀ ਨੂੰ ਵੰਗਾ ਮਾਰਨਾ ਥੱਲੇ ਵੱਛੀ ਛੱਡ ਦੇਣਾ ਨਾ ਕਿਸੇ ਨੂੰ ਦੱਸਾਂ, ਲੇਕਿਨ ਮੈਂ ਗੱਲ ਜਿਹੜੀ ਹੈ ਨਾ ਜਿਹੜੀ ਵੀ ਹੋਵੇ ਵਿੱਚ ਉਹ ਭਰਾਵਾਂ ਨੂੰ ਪਹਿਲੇ ਦੱਸਣੀ ਹੁੰਦੀ ਹੈ। ਇਸ ਗੱਲ ਦੀ ਗਰੰਟੀ ਹੋਵੇ ਦੀ ਵੱਛੀ ਰੱਤ ਨਾ ਸੱਟੀ ਜਾ ਕੇ ਮੈਲਾ ਨਾ ਸੱਟਿਆ 7 ਦਿਨਾਂ ਦੀ ਸੂਈ ਹੈ, ਰੱਤ ਨਾ ਵੈਲੀ ਸੱਟੀ ਜਾ ਕੇ ਕੱਚੀ ਨਾ ਹੋਈ ਗਾਂ। ਮੈਂ ਜਨਾਬ ਜਿਹੜੇ ਪੈਸੇ ਦੇ ਗਾਂ ਦੇ ਮੰਗਣੇ ਨੇ ਉਹਦੇ ਨਾਂ ਡਬਲ ਜਿਹਾ ਨਾ ਜੁਰਮਾਨਾ ਦਿਆਂ ਦਾ ਜੇ ਵੱਛੀ ਵਿੱਚ ਕੋਈ ਹੇਰ ਫੇਰ ਹੋਇਆ, ਮਤਲਬ ਬੱਚਾ ਇਹਦਾ ਆਪਣਾ ਨਾ ਹੋਇਆ। ਹੁੰਦਾ ਹੀ ਇਹਨਾਂ ਕੋਲ ਮਸਾਤ ਕਿਸੇ ਨੇ ਸ਼ੱਕ ਹੋਵੇ ਕੋਈ ਮਹੀਨੇ ਡੇਢ ਦੀ ਮਤਲਬ ਗਾਂ ਸੂਈ ਹੋਵੇ ਤਾਂ ਬੱਚਾ ਨਾ ਖਲਵਾ ਲਿਆ ਅਤੇ ਇੱਕ ਹੋਰ ਹੋਵੇ ਦਾ ਵੱਛਾ ਲੱਭ ਜਾਂਦਾ, ਵੱਛੀ ਜਿਹੜੀ ਹੈ ਨਾ ਨਹੀਂ ਕੋਈ ਬੰਦਾ ਦਿੰਦਾ। ਠੀਕ ਹੈ, ਜੇ ਲੱਭੇ ਕੋਈ ਬੱਚਾ ਲਾਇਆ ਹੋਵੇ ਤਾਂ ਵੱਛਾ ਲੱਗਦਾ, ਵੱਛੀ ਨਹੀਂ ਲੱਗਦੀ, ਵੱਛੀ ਲੱਭਦੀ ਨਹੀਂ। ਵੱਛੀ ਜਿਹੜੀ ਹੈ ਜਰਸੀ ਸਾਹੀਵਾਲ ਵੱਛੀ ਹੈ ਅਤੇ ਵੱਛੀ ਜਿਹੜੀ ਹੈ ਕੋਈ ਬੰਦਾ ਨਹੀਂ ਦਿੰਦਾ। ਇਹਦੀ ਜਨਮਨ ਆਪਣੀ ਵੱਛੀ ਹੋਵੇ ਦੀ ਇੱਥੇ ਭਰਾਵਾਂ ਨੂੰ ਵੰਗਾ ਮਾਰ ਕੇ ਬਗੈਰ ਚੌਕਰ ਪਾਇਆ ਵੰਡਾ ਪਾਇਆ ਭਰਾਵਾਂ ਨੂੰ ਵਹਾ ਕਿੱਦਿਆਂ ਦਾ ਪੱਠੇ ਵੀ ਅੱਗੇ ਹੋਣਾ ਲਾਜ਼ਮੀ ਕੋ ਨਹੀਂ ਵੱਛੀ ਦੇ। ਠੀਕ ਹੈ, ਇੰਜੇ ਹੀ ਬਿਸ਼ੱਕ ਬਹਿ ਕੇ ਥੱਲੇ ਚੋਲੋ ਵੈੜੀ ਲੱਤ ਨਹੀਂ ਚੁੱਕਣਗੀ। ਇਹ ਵੰਗਾ ਮਾਰ ਲਾਂਗੀਆਂ ਜੇ ਥੋੜ੍ਹਾ ਬਾਲਾ ਕਰੇ ਤਾਂ ਕਰੇ, ਉਹਦੇ ਜਨਾਬ ਚੁਆਣਗੀਆਂ ਵੈੜੀ ਜਿਹੜੀਆਂ ਲੱਤ ਵੀ ਨਹੀਂ ਚੁੱਕਣਗੀ। ਇਹ ਉਂਝ ਦੂਜੀਆਂ ਗਾਵਾਂ ਵੀ ਨਾਲ ਮੈਂ ਭਰਾਵਾਂ ਨੂੰ ਵਹਾਣੀਆਂ ਨੇ, ਰੇਟ ਉਹਨਾਂ ਦੇ ਵੀ ਸੁਣ ਲੈਣੇ ਨੇ। ਇਹਦੇ ਸਿਰਫ ਥੋੜ੍ਹੀ ਬਾਈ ਜਿਹੜੀ ਆ ਗੱਲ ਜੇ ਹੈਵੇ ਨਾ, ਜੇ ਹੈਵੇ ਤਾਂ ਤਾਂ ਹੀ ਦੱਸਣਾ ਨਾ ਪਿਆ। ਇਹ ਜਿਹੜਾ ਨਾ ਹੈਵੇ ਜਨਮ ਆਮ ਸਾਹਿਬ ਦੂਸਰੀਆਂ ਗਾਵਾਂ ਵਹਾ ਕੇ ਫੇਰੇ ਚੋਨੇ ਕਿ ਪਹਿਲਾਂ ਚੋਈ ਵੇਖ ਲਓ ਜਿਵੇਂ ਸਲਾਹ ਜੀ ਬਾਅਦ ਚੋਨੀਆਂ ਗਾਂ ਅੰਦਰ ਆ ਵੀਡੀਓ ਲੰਮੀ ਅਸੀਂ ਕਰਨੇ ਆ ਬੇ। ਇਹ ਜਿਹੜੀ ਮੱਛੀ ਜਿਹੜੇ ਭਰਾ ਨੂੰ ਪਸੰਦ ਆਵੇ 3,55,000 ਦੀ ਜਾਇਨਾ ਵੈੜੀ ਦੇ ਹੜਨੀ ਹੈ, ਜਿਹੜੇ ਭਰਾ ਨੂੰ ਵੀ ਪਸੰਦ ਆਵੇ ਮੁੱਲ ਉਂਝ 4-4.25 ਹੈ ਜਿਵੇਂ ਦੀ ਇਹਦੀ ਉਮਰ ਹੈ ਜਾਂ ਜਿਵੇਂ ਦਾ ਥਾਂ ਹੈ, ਥੱਲੇ ਵੀ ਵੱਛੀ ਹੈ। ਇਹ 3,55,000 ਦੀ ਮੈਂ ਵੈੜੀ ਦੇਣੀ ਹੈ ਜਿਹੜੇ ਭਰਾ ਨੂੰ ਪਸੰਦ ਆਵੇ, ਨਾਲ ਦੂਜੀਆਂ ਗਾਵਾਂ ਦੇ ਮੁੱਲ ਸੁਣ ਲੈਣ ਨੇ ਉਹ ਤਾਂ ਵਾ ਅਤੇ ਬਾਅਦ ਵਿੱਚ ਆਖਿਆ ਚੁਆਣੀ ਹੈ ਜਿਹੜੀਆਂ ਵੈੜੀਆਂ ਹੈ ਨੇ ਉਹਨਾਂ ਦੇ ਮੁੱਲ ਸ਼ੋ ਸੁਣ ਕੇ ਫਿਰ ਭਰਾਵਾਂ ਨੂੰ ਪਤਾ ਲੱਗ ਜਾਂਦਾ। ਜੇ ਅਗਰ ਸਿੱਧੀ ਬੱਚੇ ਦੇ ਡਾਇਰੈਕਟ ਮਿਲਦੀ ਹੁੰਦੀ ਤਾਂ 4.25 ਲੱਖ ਦੀ ਉਹ ਵੱਛੀ ਸੀ। ਦੂਸਰੇ ਨੰਬਰ 'ਤੇ ਜਿਹੜੀ ਵੈੜੀ ਵਹਾਉਣ ਗਾਵਾਂ ਮੂੰਹ 'ਚ ਹੋਵੇ ਦੀ 6 ਦੰਦ ਕੰਨੀਆਂ ਦੇ ਦੰਦ ਵੀ ਕੱਢਦੀ ਹੈ ਅਤੇ ਦੂਜਾ ਜਿਹਾ ਨਾ ਇਹਦਾ ਸੂਆ।
ਦੂਜਾ ਸੂਹਾ ਥਣ ਬੜਾ ਪਿਆਰਾ ਲਿਬਾਸ ਬੜਾ ਸ਼ਕਲ ਚੰਗੀ ਫਰੀਜ਼ੀਅਨ ਵੈੜੀ ਹੋਵੇ ਦੀ ਵਿੱਚ ਮਾੜਾ ਜਿਹਾ ਜਰਸੀ ਦਾ ਕਰਾਸ ਆ ਗਰਮੀ ਸ਼ਰਮੀ ਨਹੀਂ ਕਰਨੇ ਆਈ ਜਾਨਵਰਾਂ ਦੀ ਜੇਠੇ ਹੜ ਵਿੱਚ ਵੀ ਜਿਹੜਾ ਨਾ ਉਹ ਮੱਝਾਂ ਵੀ ਜਿਹੜੀਆਂ ਨੇ ਹੁੰਕ ਜਾਂਦੀਆਂ ਨੇ ਗਰਮੀ ਉਹ ਗਾਵਾਂ ਕਰਦੀਆਂ ਨੇ ਮਿਸਾਲ ਹੈ ਜਿਹੜੀ ਰਾਣਾ ਸੱਟੀ ਹੁਣ ਖਾਣ ਪੀਣ ਕੁਝ ਨਾ ਗਰਮੀ ਉਹਨੂੰ ਆਉਂਦੇ ਨੇ ਬਹੁਤ ਕਾਦਾਵਰ ਵੈੜੀ ਹੈ ਫਿਰ ਅਤੇ ਖਣ ਗਿਆ ਨਾ ਮਾਸ਼ਾਅੱਲਾ ਬੜਾ ਪਿਆਰਾ ਲੱਗੇ ਆ ਵੈੜੀ ਨੂੰ ਅਤੇ ਸੌ ਸੀਲ ਮਾਸ਼ਾਅੱਲਾ ਇਸ ਤਰ੍ਹਾਂ ਦੀ ਹੋਵੇ ਬਸ ਪੁੱਤਰ ਬਸ ਬੱਚਿਆ ਇਸ ਤਰ੍ਹਾਂ ਦੀ ਜਾਂ ਸੀਲ ਸੌ ਹੋਵੇ ਦੀ ਆ ਗੱਭਣ ਵੈੜੀ ਹੈ ਇਹ ਦਿਹਾੜੇ ਸੱਤ ਅੱਠ ਲੈਂਦੀ ਹੈ ਗੱਡੀ ਵਿੱਚ ਆਈ ਹੋ ਸਕਦਾ ਦੋ ਦਿਨ ਪਹਿਲਾਂ ਵੀ ਸੂਪ ਹੋਵੇ ਵੱਡੀ ਗੱਲ ਨਹੀਂ ਲੇਕਿਨ ਉਂਝ ਲਿਬਾਸ ਬੜਾ ਕਰਦੀ ਥਣ ਚੱਪੇ ਨਾਲ ਲੰਮਾ ਥਾਣੇ ਚਾਰੇ ਥਾਣਾ ਮਸਾ ਵਾਇਆ ਜੇ ਫਾਲਾਂ ਦੂਰ ਦੂਰ ਲੱਗੀਆਂ ਹੁੰਦੀਆਂ ਸੋਹਣਾ ਥਾਣੇ ਪਿਆਰਾ ਮਾਸ਼ਾਅੱਲਾ ਗੁਲਾਬੀ ਥਣ ਲੱਗੇ ਆ ਨਾ ਮੱਛੀ ਨੂੰ ਤਾਂ ਪ੍ਰਿੰਟ ਵੇਖਣਾ ਵੈੜੀ ਦਾ ਬੜਾ ਫਿਰ ਨਸਲ ਬੜੀ ਹੈ ਤਾਂ ਸਹੁ ਬੜੀ ਹੈ ਇਹ ਜਿਹੜੇ ਭਰਾ ਨੂੰ ਵੈੜੀ ਪਸੰਦ ਆਵੇ ਮੁੱਲ ਕਰਨ ਭਾਵੇਂ ਦਾ ਜਿੰਨਾ ਮਰਜ਼ੀ ਕਰ ਦਈਏ ਇਹ ਫਾਈਨਲ ਵੈੜੀ ਜਿਹੜੀ ਹੈ ਨਾ 4 ਲੱਖ ਤੇ 40,000 ਦੀ ਜਨਾਬ ਹੈ ਵੱਛੀ ਦੇ ਸਕਣੀ ਹੈ ਜਿਹੜੇ ਭਰਾ ਨੂੰ ਇਹ ਵੈੜੀ ਨੰਬਰ 2 ਪਸੰਦ ਆਵੇ ਜਿਸ ਤਰ੍ਹਾਂ ਦੀ ਸ਼ਾਇਆ ਵਧੀ ਪੈਸੇ ਉਸ ਤਰ੍ਹਾਂ ਦੇ ਮੰਗਾਂ ਦਾ ਨਹੀਂ ਬਈ ਜਾਨਵਰ ਦੇ ਆ ਨਾ ਉਹ ਕੁਆਲਿਟੀ ਉਹਦੀ ਹੋਰ ਹੈ ਅਤੇ ਪੈਸੇ ਦੇ ਆ ਨਾ ਉਹਦੇ ਵੱਧ ਮੰਗਾਂ ਆ 3.5-3 ਲੱਖ ਦੀਆਂ ਜਾਂ 3,25,000 30,000 ਦੀ ਪਿਛਲੀ ਵੀਡੀਓ 'ਚ ਗਾਵਾਂ ਲਾਈਆਂ ਹਨ ਉਹਨਾਂ ਦੇ ਨਸਲ ਇਸ ਤਰ੍ਹਾਂ ਦੀ ਅਤੇ ਉਹਨਾਂ ਦੇ ਪੈਸੇ ਵੀ ਉਸ ਤਰ੍ਹਾਂ ਦੇ ਹਨ ਜਿਹੜੀ ਨਸਲਬਾਦ ਗਾਂ ਹੋਵੇ ਜਿੱਡੀ ਨਸਲਬਾਦ ਹੈ ਉਹਦੇ ਪੈਸੇ ਉਹਦੇ ਨਾਲ ਜ਼ਿਆਦਾ ਹੋਣੇ ਨੇ ਇਹਦੇ ਤੋਂ ਬਾਅਦ ਜਿਹੜੀ ਚੌਥੇ ਨੰਬਰ 'ਤੇ ਵੱਛੀ ਵਹਾਣੀ ਹੈ ਤੀਸਰੇ ਨੰਬਰ ਤੋਂ ਬਾਅਦ ਚੌਥੇ ਨੰਬਰ ਆਈ ਉਹਦਾ ਰੇਟ ਇਹਦੇ ਨਾਲ ਵੀ ਵੱਧ ਹੋਣਾ ਉਹਦੀ ਉਮਰ ਦੀ ਗੱਲ ਹੈ ਸਾਰੀ ਉਹਦੀ ਉਮਰ ਜਿਹੜੀ ਉਹ ਮੂੰਹ 'ਚ 4 ਦੰਦ 14 ਦੰਦ ਬਰਾਬਰ ਵੀ ਕਰਦੀ ਇਹ ਜਿਹੜੇ ਭਰਾ ਨੂੰ ਵੈੜੀ ਪਸੰਦ ਆਵੇ 2 ਨੰਬਰ ਆਈ ਇਹ 4 ਲੱਖ ਅਤੇ 40,000 ਦੀ ਵੈੜੀ ਦੇਖਣ ਦਾ ਪ੍ਰਿੰਟ ਬੜਾ ਪਿਆਰਾ ਥਣ ਬੜਾ ਮਸਾਂ ਪਿੱਛੇ ਜਿਹਾ ਨਾ ਲਿਬਾਸ ਵਹਾ ਜਾਈਏ ਇੰਨੀ ਕੁ ਕੱਚੀ ਹੈ ਵੈੜੀ ਇਹਦੇ ਨਾਲ ਡਬਲ ਲਿਬਾਸ ਜਿਹਾ ਨਾ ਵੱਛੀ ਨੇ ਕਰ ਜਾਣਾ ਅਤੇ ਦੁੱਧ ਇਨਸ਼ਾਅੱਲਾ ਚੰਗਾ ਦੇ ਦੀ ਤਾਂ ਥਣ ਹੀ ਨਹੀਂ ਮਾੜਾ ਬਸ ਪੁੱਤਰ ਸਿੱਧੀ ਹੋ ਬਹੁਤ ਕਮਾਲ ਦਾ ਜਾਨਵਰ ਹੈ ਅਤੇ ਜੇ ਸੂਈ ਅੱਲਾ ਹਾਇਰ ਕਰੇ ਥੱਲੂ ਥੱਬੇ ਲਾ ਹਟ ਦੀ ਵੱਛੀ ਲਿਆਓ ਜੀ ਤੀਸਰਾ ਨੰਬਰ ਆਈ ਹਮ ਸਾਹਿਬ ਤੀਸਰਾ ਨੰਬਰ ਆਈ ਗਾਂ ਜਿਹੜੀ ਹੈ ਮੂੰਹ ਚ ਜਨਾਬ ਬਰਾਬਰ ਹੋ ਗਈ ਹੈ ਸੂਆ ਜਾਣਾ ਜਾਨਵਰ ਦੂਜਾ ਹੋਵੇਗਾ ਅੱਜ ਕਈ ਭਰਾ ਜਿਹਾ ਵਿੱਚ ਸਾਧਿਆਂ ਨੇ ਥੋੜ੍ਹਿਆਂ ਬੰਦਿਆਂ ਨੂੰ ਜੇ ਆ ਨਾ ਨਸਲਾਂ ਦਾ ਵੀ ਪਤਾ ਅਤੇ ਉਮਰਾਂ ਦਾ ਵੀ ਪਤਾ ਆਖਣੇ ਨੂੰ ਜੇ ਕਿਸੇ ਹੋਰ ਕੋ ਹੁੰਦੀ ਤਾਂ ਉਹਨੇ ਆਖਣਾ ਜੀ ਮੂੰਹ ਚ ਉਹਦੀ 4 ਦੰਦ ਜੇ ਠੀਕ ਹੈ ਲੇਕਿਨ ਮੈਂ ਪਹਿਲਾਂ ਭਰਾਵਾਂ ਨੂੰ ਦੱਸਿਆ ਵਾ ਜਿਹੜੀ ਗੱਲ ਦੱਸੀ ਉਹ ਜਨਮਨ ਹੋਈ ਨਿਕਲੇਦੀ ਹੈਰ ਫਿਰ ਆ ਕੰਮ ਨਹੀਂ ਹੋਣਗਾ ਫਰੀਜ਼ੀਅਨ ਅਤੇ ਚੋਲਸਤਾਨ ਟੱਚ ਵਿੱਚ ਇਹ ਥਣ ਵੇਖਣਾ ਚੰਗਾ ਮੁੱਠ ਭਰ ਥਣ ਲੱਗੇ ਆ ਗਾੜੀ ਨੂੰ ਸਿਰ ਤੋਂ ਜਿਹੜਾ ਨਾ ਜਨਮਨ ਮੋਨੀ ਥੱਲੇ ਦੇ ਬੱਚਾ ਕੱਲ੍ਹ ਦੀ ਸੂਈ ਹੈ ਇਹਦੇ ਕੋਲ ਹਾਧਣ ਮੌਕਾ ਜਿਹਾ ਨਾ 13 ਲੀਟਰ ਬੋਹੇ ਦੀ ਗਰੰਟੀ ਹੋਵੇ ਜੀ ਬਰੀਕ ਮਾਸ਼ਾਅੱਲਾ ਬੜੀ ਹੈ ਫਿਰ ਅਤੇ ਲਿਬਾਸ ਬੜਾ ਫਿਰ ਇੰਨਾ ਕੋਈ ਲਿਬਾਸ ਜਿਹਾ ਨਾ ਹੋਰ ਕੋਈ ਡੱਕੇ ਸ਼ੱਕ ਵਿੱਚ ਨਹੀਂ ਜੇ ਡੱਕੀ ਸ਼ੱਕੀ ਹੋਵੇ ਨਾ ਤਾਂ ਲਿਬਾਸ ਇਹਦੇ ਨਾਲ ਡਬਲ ਹੋਵੇ ਬੱਚੀ ਕੋਲ ਆ ਮਸਾਂ ਵੇਲਾ ਥਣ ਵਹਾਓ ਜੀ ਆ ਮਸਾਂ ਵੇਲਾ ਪੂਰਾ ਜਿਹਾ ਨਾ ਇੱਕ ਵਾਰੀ ਤਸੱਲੀ ਕਰਾਉਣੀ ਹੈ ਥਣ ਦੀ ਥਣ ਮਾਸ਼ਾਅੱਲਾ ਜਿਹਾ ਨਾ ਇਹਦਾ ਬੜਾ ਪਾਵਰ ਆ ਲੱਗੇ ਆ ਨੇੜੇ ਕਰਕੇ ਵਹਾਓ ਜੀ ਥਣ ਪੂਰਾ ਜਿਹਾ ਨਾ ਪਾਵਰ ਆ ਥਾਣੇ ਦਾ ਫਿਰ ਐਕ ਇੱਕ ਧਾਰ ਮਾਰ ਕੇ ਵਹਾਨੇ ਆ 5-7 ਧਾਰਾਂ ਮਾਰੀਏ ਤਾਂ ਜਨਾਬ ਆ ਕਿਲੋ ਦਾ ਡੱਬਾ ਜਿਹਾ ਨਾ ਗਾਂ ਭਰ ਛੱਡਦੀ
ਦੁੱਧ ਅੱਲਾ ਮੇਰੇ ਦੇ ਹੁਕਮ ਨਾਲ ਹੁਣ ਵਕਤੀ ਤੋਰੇ ਦੇ 13 ਲੀਟਰ ਬੋਲਾ ਹੈਕਟਾਲ ਦੀ ਸੂਈ ਹੈ, ਦੁੱਧ 20 ਕਿਲੋ ਤੋਂ ਵੱਧ ਕਰੇ ਦੀ, ਆਹ ਨਸਲ ਵੀ ਦਿਸਦੀ ਹੈ ਵੀ ਗਾਵਾਂ ਦੀ, ਬਾਡੀ ਵੀ ਦਿਸਦੀ ਹੈ ਵੀ। ਤੇ ਦੂਜੀ ਗੱਲ ਇਹ ਵੇ, ਜੇ ਝੂਠ ਮਾਰਨਾ ਵੇ ਤੇ ਤਾਂ ਹੁਣ ਹੀ ਦੱਸ ਅੜੀਏ ਵੀ 18 ਕਿਲੋ ਹੈ, ਲੇਕਿਨ ਮਕਸਦ ਨਹੀਂ ਪੁੱਠਾ ਵਹਾ ਜਾ ਮਸਾਬ ਕਿੰਨਾ ਚੌੜਾ, ਫਿਰ ਲੂਈ ਬੜੀ ਬਰੀਕ ਹੈ। ਇਹ ਜਿਹੜੇ ਭਰਾ ਨੂੰ ਗਾਂ ਪਸੰਦ ਆਵੇ ਮੁੱਲ ਕਰਨ ਨੂੰ ਭਾਵੇਂ ਦਾ ਜਿੰਨਾ ਮਰਜ਼ੀ ਕਰ ਛੜੀਏ, 4,45,000 ਦੀ ਗਾਂ ਦੇ ਦਿਆਂਗਾ। ਇਹ ਰਾਤ ਨੂੰ ਗਾਂ ਸੂ ਪਈ ਹੈ ਤੇ ਇਹਦੇ ਥੱਲੇ ਆ ਲਿਬਾਸ ਥੋੜਾ, ਜੇ ਗਾਂ ਅਗਰ ਸੁਣਿਆ ਹੀ ਹੁੰਦੀ ਨਾ ਤੇ ਲਿਬਾਸ ਇਹਨੇ ਅੱਲਾ ਮੇਰੇ ਦੇ ਹੁਕਮ ਨਾਲ ਇਹਦੇ ਨਾਲ ਡਬਲ ਵਹਾਣਾ ਸੀ ਭਰਾਵਾਂ ਨੂੰ, ਤੇ ਹੁਣ ਵੀ ਜਿਹੜੇ ਮੈਂ ਦੁੱਧ ਸਹੀ ਬਣਾਉਣਾ ਸੁਣਾ ਉਸ ਲਿਬਾਸ ਹੀ ਹੋਰ ਖੋਲ ਲੈਦੀ। ਲੋਕਾਰੇ ਕੋਈ ਖਲੋ ਜੀ ਭਾਵੇਂ ਦੈਣ ਦੀ ਖੋਤੀ ਨੂੰ ਆਪਣੇ ਫੜਾਓ ਜੀ ਡੱਬਾ ਚਾਰ ਦਿਆ ਧਾਰਾਂ ਮਾਰ ਕੇ ਭਰਾਵਾਂ ਪਿਛਾਂ ਵਸੂਆਂ ਆਪ ਇਸ ਤਰ੍ਹਾਂ ਦਾ ਜਿਹਾ ਚੁਹਾ ਹੋਵੇ ਗਾਂ ਦਾ ਆ ਮਸਾਂ ਵਿਖਾਇਆ ਜੀ ਇੰਜੇ ਨੀ, ਮੈਂ ਆਖਿਆ ਮੈਂ ਚਾਰ ਚਾਰ ਧਾਰਾਂ ਮਾਰੀਏ ਤੇ ਕਿਲੋ ਦਾ ਡੱਬਾ ਭਾਰ ਛੜੇ ਦੀ ਚੁਹਾ, ਵਾਕਈ ਗਾਂ ਦਾ ਜਨਾਬ ਹੈ ਇਸ ਤਰ੍ਹਾਂ ਦਾ ਹੋਵੇਗਾ ਤੇ ਰੰਗਤ ਬਿਲਕੁਲ ਚਿੱਟੀ ਸਫੈਦ ਹੋਵੇ ਦੀ ਬੋਲਾ ਇਹ ਆ ਕਿਸੇ ਭਰਾ ਚੈੱਕ ਕਰ ਲੈਣਾ ਰਾਤ ਦੀ ਗਾਂ ਸੂਈ ਹੋਵੇ ਦੀ, ਪਤਾ ਲੱਗ ਜਾਂਦਾ ਸਿਆਣੇ ਬੰਦੇ ਨੂੰ ਬਈ ਫੁੱਟ ਬਣਦਾ ਗਾਂ ਫੁੱਟ ਕਰਦੀ ਹੈ ਕਿ ਨਹੀਂ, ਬੋਲਾ ਜਿਹੜਾ ਪੂਰਾ ਫੁੱਟ ਬਣੇਗਾ। ਬਸ ਪੁੱਤਰ ਇਸ ਤਰ੍ਹਾਂ ਦਾ ਚੁਆ ਏ ਅਮਰ ਸਾਹਿਬ ਇੱਕ ਥਣ ਰਹਿ ਗਿਆ ਆ, ਜਿਹਨੇ ਕਿਸੇ ਭਰਾ ਨੇ ਥੱਲੇ ਬਹਿਣਾ ਉਹਦਾ ਦਿਲ ਕਰਨਾ ਮੈਂ ਚੁੰਦੇ ਹੀ ਰਵਾਂ, ਛੱਡ ਦੇ ਪੂਛਲ ਪਛਲ ਤਾਂ ਤਰਹਿ ਨਾ ਜਾਏ। ਚਲੋ ਠੀਕ ਹੋ ਗਿਆ, ਤਸੱਲੀ ਹੋ ਗਈ ਹੈ ਜਨਾਬ ਜੀ, ਨੇੜੇ ਕਰਕੇ ਹੁਣ ਥਣ ਵੀ ਜਾ ਨਾ ਪੂਰਾ ਵਹਾ ਖੜੇ ਗਾਂ ਦਾ, ਇਸ ਤਰ੍ਹਾਂ ਦਾ ਥਣ ਹੈ ਗਾਂ ਨੂੰ ਮਾਸ਼ਾਅੱਲਾ ਜਿਹਾ ਲੱਗੇ ਆ। ਆ ਘੁੱਟ ਕੇ ਧਾਰ ਨਹੀਂ ਪਿਆ ਮਾਰਦਾ ਜੇ ਆਉਂਦੇ ਪਰਾਂ ਇੰਝ ਕਰਿਆ ਜਿਹਾ ਕੈਮਰਾ, ਇੰਨਾ ਕੁ ਚੁਆ ਹੈ ਗਾਂ ਦਾ ਇਸ ਤਰ੍ਹਾਂ ਦਾ। ਅਤੇ ਕੋਈ ਨਹੀਂ ਅੱਲਾ ਹੈਰ ਕਰੇ ਥੱਲੇ ਥਾਂ ਬਿਲਕੁਲ ਸਾਫ਼ ਹੈ, ਸਿਰਫ ਚੁਆਈ ਭਰਾਵਾਂ ਨੂੰ ਚੈੱਕ ਕਰਾਈਏ ਵਾ, ਪੂਰੀ ਪੋਲੀ ਅਤੇ ਮੋਟੀ ਜਿਹੜੀ ਹੈ ਨਾ ਉਹ ਧਾਰ ਹੈ ਗਾਂ ਦੀ, ਸਵਾਦ ਕਰਾਹਟ ਦੀ ਗਾਂ ਜਿਹੜਾ ਭਰਾ ਚੋਈ ਨਾ ਜਿਹਨੇ ਉਹ ਜਨਾਬ ਦੋ ਦਵਾਵਾਂ ਪਿਆ ਦੇ ਦਾ ਭਰਾ, ਘੱਟ ਘੱਟ ਗਾਵਾਂ ਨੂੰ ਇਹ ਥਣ ਲੱਗੇ ਜਾਵੇ ਦਾ ਅਮਰ ਸਾਹਿਬ, ਥਣ ਦੀ ਤਸੱਲੀ ਕਰਾਓ, ਮੇਰਾ ਦਿਲ ਕਰਦਾ ਬਾਰ ਬਾਰ ਇਹਦਾ ਥਣ ਵਹਾਂ, ਐਂ ਦਾ ਥਣ ਜਿਹਾ ਨਾ ਭਰਾ ਮੰਗਦੇ ਨੇ ਅਤੇ ਢੂੰਡਿਆਂ ਨਹੀਂ ਲੱਭਦਾ ਆ ਥਣ, ਪੂਰਾ ਜਿਹਾ ਨਾ ਜਨਾਬ ਹੱਥੇ ਦੀ ਤਲੀ ਤੱਕ ਵਿਸ਼ਕਾਰ ਆਉਂਦਾ ਪਿਆ, ਆ ਪੂਰੇ ਹੱਥ ਜੀ ਨਾ ਥਾਂ ਨੇ ਗਾਂ ਦਾ ਅਤੇ ਏਡਾ ਡਾ ਮੋਟਾ, ਫਿਰ ਜਾ ਪੁੱਤਰ ਅੱਲਾ ਜ਼ਿੰਦਗੀ ਦੇ ਤੈਨੂੰ ਜਿਹੜਾ ਭਰਾ ਲੈ ਜੇ ਉਹ ਰਾਜ਼ੀ ਰਵੇ, ਅਤੇ ਮੈਂ ਕੋਈ ਜ਼ਿਆਦਾ ਜਿਹਾ ਨਾ ਉਹ ਨਹੀਂ ਦੱਸਣਾ ਬੋਲੇ ਬਾਈ 18 ਸਿਰ 20 ਸਿਰ ਸੂਨਿਆ ਸਾਰ ਗਾਂ ਕੋਲ ਜੇ 12-13 ਸਿਰ ਬੋਲਾ ਹੋਵੇ ਤਾਂ ਰੱਜ ਬੋਲਾ ਹੁੰਦਾ, ਲੱਤਾਂ ਵਿਖਾਇਆ ਜਾ ਮਸਾਂ ਕਿੱਡੀਆਂ ਬਰੀਕ ਨੇ ਗਾਂ ਦੀਆਂ, ਅਤੇ ਫਿਰ ਖੁਰ ਜਿਹਾ ਨਾ ਐਂ ਲੱਗਦਾ ਜਿਵੇਂ
ਡੱਬੀ ਧਰ ਕੇ ਬਣਾਏ ਨੇ ਆਪ ਏਡੇ ਪਿਆਰੇ ਖੁਰ ਨੇ ਬੈੜੀ ਦੇ ਤੇ ਸੁਬਾ ਜਨਮ ਜਿਹੜਾ ਨਾ ਦੂਜਾ ਹੋਵੇ ਬਣਾਉਣ ਨੂੰ ਮੈਂ ਭਾਵੇਂ ਪਹਿਲਾਂ ਬਣਾ ਸਕਦਾ। ਲਿਆ ਜੀ ਚੌਥਾ ਨੰਬਰ ਜਿਹੜੀ ਹੈ ਨਾ ਉਹ ਬੈੜੀ ਭਾਈ ਚੌਥੇ ਨੰਬਰ ਤੇ ਜਿਹੜੀ ਬਾੜੀ ਵਹਾਂ ਨਾ ਮੂੰਹ ਚੋਂ ਵਧੀ ਚਾਰ ਦੰਦ ਬਰਾਬਰ ਵੀ ਕਰਦੇ ਉਹ ਬਸ ਬੱਚਿਆ ਅਈਏ ਚੌਕ ਦਾ ਦੰਦ ਇੱਕ ਸੱਟਿਆ ਸੂ ਇੱਕ ਬਰਾਬਰ ਜਿਹੜਾ ਨਾ ਉਹ ਕਰਦੀ ਹੈ ਬਈ ਕੰਨੀਆਂ ਦੇ ਦੋ ਦੰਦ ਖੜੇ ਆ ਸੂ ਇਹ ਚੌਗੀ ਨਹੀਂ ਹੋਈ ਦੱਸਣੇ ਨੂੰ ਦੋਂਦੀ ਦੱਸ ਸਕਣਾ ਕਿਉਂਕਿ ਇਹ ਚੌਗੀ ਜਿਹੜੀ ਹੈ ਨਾ ਇਹ ਹੁੰਦਿਆਂ ਕੋ ਦੋ ਦਿਆਣਾ ਮਹੀਨੇ ਲਾ ਸਕਣੇ ਨੇ ਬੈੜੀ ਨੇ ਅਈਏ ਦੰਦ ਚੌਕ ਦਾ ਬਰਾਬਰ ਨਹੀਂ ਕੀਤਾ ਬੈੜੀ ਨੇ ਜਰਸੀ ਤੇ ਚੋਲਸਤਾਨ ਟੱਚ ਵਿੱਚ ਬੈੜੀ ਇਸ ਤਰ੍ਹਾਂ ਦੀ ਜਿਹੜਾ ਪਹਿਲਣ ਵੱਛੀ ਹੋ ਕੇ ਸੀਲ ਸਾਹ ਮਾਸ਼ਾਲਾ ਇਹ ਫਾਂਟ ਲਿਬਾਸ ਦੇ ਵਿੱਚ ਇਸ ਤਰ੍ਹਾਂ ਦੇ ਜਿਹੜਾ ਨਾ ਮਾਸ਼ਾਲਾ ਸੀਲ ਸਾਹ ਜਾਨਵਰ ਗੱਬਣ ਬੈੜੀ ਹੋਵੇ ਤੇ ਥੱਲੇ ਪਵੇ ਬੰਦਾ ਤੇ ਲਾਤੀ ਨਾ ਚਾਏ ਤੇ ਸਵਾਦ ਆ ਜਾਂਦਾ ਜਾਨਵਰ ਦੇ ਜਨਾਬ ਨਸਲ ਦਾ ਵੇਖਣ ਦਾ ਲੈਣ ਦਾ ਤੇ ਵੱਛੀ ਅੱਲਾ ਮੇਰੇ ਹੁਕਮ ਨਾਲ ਇਹਨੂੰ ਡਬਲ ਲਿਬਾਸ ਜਿਹਾ ਨਾ ਹੋਰ ਕਰ ਖੜਦੀ ਏ ਸਫ਼ਰ 'ਚੋਂ ਆਈ ਹੈ ਬੈੜੀ ਅਤੇ ਤਾਂ ਜਿਹਾ ਨਾ ਇਹ ਬੈੜੀ ਨੇ ਲਿਬਾਸ ਘਟਾਏ ਆ ਅੱਲਾ ਮੇਰੇ ਦੇ ਹੁਕਮ ਨਾਲ ਇੰਨਾ ਕੋ ਲਿਬਾਸ ਹੋਰ ਖਿੱਚ ਛੜੇ ਦੀ ਆ ਜਿੱਡੀ ਆਪ ਉਹਨਾਂ ਲਿਬਾਸ ਕਰ ਛੜੇ ਦੀ ਬੱਚੀ ਥਣ ਫਿਰ ਵੇਖਣਾ ਚੱਪੇ ਤੂੰ ਜਿਹਾ ਨਾ ਉਹ ਲੰਮਾ ਲੱਗੇ ਆ ਬੈੜੀ ਨੂੰ ਬਾਡੀ ਬੜੀ ਏ ਜਿੰਨੀ ਹੈ ਵੇ ਸੁਥਰੀ ਏ ਬੱਚੀ ਆ ਤਾਰੀਫ ਦੇ ਕਾਬਲ ਹੈ ਜੇ ਕਿਸੇ ਭਰਾ ਨਾਮ ਹੀ ਲੈਣੀ ਹੋਵੇ ਮਾਸ਼ਾਲਾ ਜਾਨਵਰ ਮੇਰੇ ਵੇਖ ਕੇ ਜ਼ਰੂਰ ਆਖਿਆ ਜੇ ਹੌਸਲਾ ਅਫਜ਼ਾਈ ਤੁਹਾਡਾ ਕਰਨਾ ਜਿਹਾ ਨਾ ਉਹ ਬਣਦਾ ਸਿਰੀ ਵੇਖਣੀ ਹੈ ਬੈੜੀ ਦੀ ਫਿਰ ਕੰਨ ਵੇਖਣੇ ਨੇ ਛੋਟੇ ਛੋਟੇ ਕੰਨ ਆ ਜਿਹੜੇ ਥਾਂ ਤੇ ਵੱਧੀ ਹੋਈ ਅੱਲਾ ਮੇਰੇ ਹੁਕਮ ਨਾਲ ਥਾਂ ਵੀ ਸੋਹਣੀ ਲੱਗੇ ਦੀ ਕੰਮ ਸਭ ਕੈਮਰਾ ਥੋੜ੍ਹਾ ਜਿਹਾ ਦੂਰ ਰਹਿਣ ਆ ਹੁਣ ਤੁਸੀਂ ਵਾਧਿਆ ਵਹਿੰਦੇ ਹੋ ਪਏ ਥੱਲੇ ਬੈਠੇ ਆ ਸੀਲ ਸਾਹ ਹੋਵੇ ਮੂੰਹ ਦੀ ਸੀਲ ਸਾਹ ਹੋਵੇ ਜਾਨਵਰ ਜੇ ਨਵੀਂ ਥਾਂ ਤੇ ਆਉਂਦਾ ਥੋੜ੍ਹਾ ਬਾਤ ਰਹਿੰਦਾ ਹੈ ਵੇ ਆ ਕੈਮਰੇ ਤੋਂ ਥੋੜ੍ਹਾ ਬਾ ਜਿਹਾ ਨਾ ਉਹ ਡਰਦੀ ਹੈ ਵੀ ਤਰਹਿੰਦੀ ਹੈ ਵੀ ਉਂਝ ਸੀਲ ਸਾਹ ਮਾਸ਼ਾਲਾ ਬੜੀ ਹੈ ਫਿਰ ਹਮ ਸਾਹਿਬ ਜੀ ਜੇ ਮੈਂ ਮਿਸਟੇਕ ਹੋ ਗਈ ਹੈ ਮੇਰੇ ਹਿਸਾਬ ਨਾਲ ਉਹ ਵੈੜੀ ਦਾ ਤੀਸਰੇ ਨੰਬਰ ਆਈ ਦਾ ਮੁੱਲ ਕੋ ਨਹੀਂ ਦੱਸਿਆ ਜਨਾਬ ਦੱਸਿਆ ਕੀ ਦੱਸਿਆ ਤਰਾ 4,45,000 ਤੋ ਜੀ ਜੇ 10 ਵੀ ਸੜਿਆ ਤਾਂ ਵੀ ਠੀਕ ਹੈ ਜੇ ਨਹੀਂ ਦੱਸਿਆ ਤਾਂ ਵੀ ਜਨਾਬ ਉਹ ਜਿਹੜੀ ਵੈੜੀ ਤੀਸਰੇ ਨੰਬਰ ਆਈ ਵਹਾਈ ਹੈ ਨਾ ਜਿਹੜੇ ਭਰਾ ਨੂੰ ਪਸੰਦ ਆਵੇ ਜਿਹੜੀ ਤਾਜ਼ੀ ਸੂਈ ਹੈ ਜਿਹੜੀਆਂ ਧਾਰਾਂ ਮਾਰ ਕੇ ਵਹਾਈਆਂ ਨੇ 4,45,000 ਦੀ ਉਹ ਵੈੜੀ ਦੇਣੀ ਤੀਸਰੇ ਨੰਬਰ ਆਈ ਜੇ 10 ਸੜਿਆ ਪਹਿਲੇ ਤਾਂ ਵੀ ਠੀਕ ਹੈ ਮੇਰੇ ਜ਼ਿਹਨ 'ਚ ਇਹ ਕਿ ਮੈਂ ਨਹੀਂ ਦੱਸਿਆ ਦੱਸੇ ਆ ਇਹ ਵੈੜੀ ਜਿਹੜੀ ਹੈ ਜਿਹੜੀ ਤੁਸੀਂ ਵਹਿੰਦੇ ਹੋ ਪਏ ਇਹ ਜਿਹੜੇ ਭਰਾ ਨੂੰ ਪਸੰਦ ਆਵੇ ਇਹਦੀ ਉਮਰ ਦਾ ਜਿਹਾ ਨਾ ਉਹ ਪੈਸੇ ਜਾਨਵਰ ਦੇ ਜਿਹਾ ਨਾ ਦੂਜੀਆਂ ਨੂੰ ਵੱਧ ਹੁੰਦੇ ਨੇ ਇਹ ਜਿਹੜੇ ਭਰਾ ਨੂੰ ਪਸੰਦ ਆਵੇ 4,55,000 ਦੀ ਮੈਂ ਵੱਛੀ ਦੇ ਲੈਣੀ ਇਹਦੀਆਂ ਵੱਛੀਆਂ ਦਾ ਭਰਾ ਮੁੱਲ ਜਿਹਾ ਨਾ 5-5.5-5.5 ਲੱਖ ਰੁਪਈਆ ਹੈ ਨੇ ਅਤੇ ਉਸ ਗਾਂ ਦਾ ਵੀ ਵੇਖ ਲਿਆ ਜੇ ਬਾਡੀ ਵਾਈਜ਼ ਜਿੱਡੀ ਕੋ ਗਾਂ ਹੈ ਨਾ ਆਹ 5 ਲੱਖ ਤੋਂ ਵੱਧ ਸਾਈਨ ਰੁਪਈਆ ਮੰਗਣ ਦੇ ਤੇ ਜਿਹੜੇ ਭਰਾ ਨੂੰ ਪਸੰਦ ਆਵੇ 4 ਨੰਬਰ ਬੈੜੀ 4,55,000 ਦੀ ਦੇ ਦਿੰਦਾ ਠੀਕ ਹੋ ਗਿਆ ਮਸਾਬ ਤਸੱਲੀ ਹੋ ਗਈ ਹੈ ਜੀ ਠੀਕ ਹੋ ਗਿਆ ਲਿਆਓ ਜੀ ਹੁਣ ਜਿਹੜੀ ਬੈੜੀ ਚੌਕ ਬਣਾਉਣੀ ਭਰਾ ਪੁੱਤਰ ਹੁਣ ਆ ਗਈ ਇੱਕ ਨੰਬਰ ਬੈੜੀ ਦੀ ਵਾਰ ਇਹ ਭਰਾਵਾਂ ਨੂੰ ਚੌਕ ਜਿਹਾ ਨਾ ਬਹਾਨੇ ਆ
ਤਸੱਲੀ ਪੂਰੀ ਕਰਾਉਂਦੇ ਹਾਂ। ਇਹ ਜਿਹੜਾ ਮਸਾਂ ਪਹਿਲੇ ਤੱਕ ਲਿਆਓ, ਉਹ ਮਸਾਂ ਕੋਈ ਵੱਡਾ ਪੇ ਆਵੇ, ਕੋਈ ਚੌਕਰ ਪੇ ਆਵੇ ਕਿਸੇ ਕਿਸਮ ਦਾ, ਕੋਈ ਬਹਿੜੀ ਹੋਈ ਰੱਜੀ ਹੈ ਪਟਾ ਪੱਠੇ ਖਾਂਦੀ ਜਾਂ ਨਹੀਂ ਖਾਂਦੀ, ਲੇਕਿਨ ਚੌਵਾਂ ਨੇ ਤੁਹਾਡੇ ਸਾਹਮਣੇ ਬਹਿ ਕੇ ਮੱਛੀ ਲੱਤ ਵੀ ਨਹੀਂ ਚੁੱਕਣ ਲਈ, ਮੰਗਾਂ ਮਾਰ ਲਈਆਂ ਥੋੜ੍ਹਾ ਬਾ ਕਰ ਜੇ ਤਾਂ ਕਰ ਜੇ, ਜੇ ਥੱਲੇ ਬਹਿ ਜਾਣਾ ਉਸ ਵੇਲੇ ਲੱਤ ਵੀ ਨਹੀਂ ਚਾਹਾਂਗੀ। ਆਮ ਸਾਹਿਬ ਬਲੀ ਸਾਹਿਬ ਮਾਰੋ ਜੀ ਮੰਗਾ। ਰੱਜੀ ਪੱਠੇ ਨਾ ਵੀ ਖਾਏ ਤਾਂ ਵੀ ਕੋਈ ਮਸਲਾ ਨੀ, ਜੇ ਵੰਗਾ ਮਾਰਨਾ ਜੀ ਨਾ ਉਸ ਵੈੜੀ ਹੋ ਸਕਦਾ ਮਾੜਾ ਚੰਗਾ ਲੱਤ ਅਗਾਂ ਪਿੱਛਾਂ ਕਰੇ। ਉਹ ਦੋ ਤਰ੍ਹਾਂ ਚਵਾਈਆਂ ਜਿਹੜੀਆਂ ਨੇ ਉਹ ਕਰਨੀਆਂ ਸੀ, ਸਾਡੇ ਕੋਲ ਵੀ ਇਹ ਵਾਕੂ ਜੀ ਕੀਤਾ। ਉਂਝ ਮੱਛੀ ਜਨਾਬ ਜੇ ਬਹਿ ਜਾਣਾ ਥੱਲੇ ਠੱਕ ਕਰਕੇ ਦੁੱਧ ਲਾਇਆ ਜੀ ਇੱਕ ਮਿੰਟ ਪਹਿਲਾਂ, ਤੇ ਇੱਕ ਹੋਰ ਵੀ ਇਹਦਾ ਕੁਲੀਆ ਹੈ ਜਿਹੜੇ ਗਵਾਲ ਆਏ ਬੰਦੇ ਨਾ, ਆਹ ਦੂਜੀਆਂ ਗਾਵਾਂ ਵੀ ਤਾਂ ਵੇਖੀਆਂ ਨੇ, ਬਾਡੀ ਬਾਜ ਜਨਾਬ ਦੂਜੀਆਂ ਗਾਵਾਂ ਦੇ ਨਾਲ ਦੀਏ, ਆਹ ਨੱਕ 'ਚ ਨੱਥ ਅੱਗੇ ਹੀ ਪਈ ਹੈ ਵੱਛੀ ਨੂੰ, ਮਾੜੀ ਜਿਹੀ ਨੱਥ ਲਾ ਕੇ ਵੱਛੀ ਨੂੰ ਰੱਖ ਲੈਣਾ, ਕਿਧਰੇ ਵੀ ਨਹੀਂ ਨੇ ਜਾਂ ਜਿਹੜਾ ਅਨਭੋਲ ਬੰਦਾ ਵੀ ਹੋਇਆ ਨਾ, ਜਿਹੜਾ ਨਹੀਂ ਵੀ ਜਾਨਵਰਾਂ ਨੂੰ ਸਮਝਦਾ ਉਹਦੇ ਅੱਗੇ ਵੀ ਵੱਛੀ ਜਨਾਬ ਕੁਝ ਵੀ ਨਹੀਂ ਕਰ ਲਈ। ਇੱਕ ਤਾਂ ਹੁੰਦਾ ਨਾ ਕਾਰੀਗਰ ਬੰਦਾ, ਜੇ ਰੋਜ਼ਾਨਾ ਜਾਨਵਰ ਚੋਂਦਾ ਚਾਹੁੰਦਾ ਉਹਨੂੰ ਕੋਈ ਮਸਲਾ, ਇਹ ਜਿਹੜੇ ਭਰਾ ਅਨਭੋਲ ਵੀ ਹੋਇਆ ਨਾ, ਮੇਰੀ ਗਰੰਟੀ ਹੋਵੇ ਜੀ ਆਹ ਨੱਕ 'ਚ ਮਾੜੀ ਜੀ ਆਹ ਨੱਥ ਕੋਈ ਪਾਈ ਆਮ ਸਾਹਿਬ ਹੋਇਆ ਜੀ, ਗਾਈ ਲੱਗੀ ਆਰਾਮ ਸਕੂਨ ਨਾਲ ਬੈਠੀ, ਇਹਨੂੰ ਮਾੜੀ ਜੀ ਨੱਥ ਲਾ ਲੈਣੀ ਹੈ ਅਤੇ ਬੰਨ ਲੈਣਾ। ਵੱਛੀ ਜਨਾਬ ਬਿਲਕੁਲ ਕੁਝ ਵੀ ਨਹੀਂ ਕਰ ਲਈ। ਭਰਾਵਾ ਜੀ ਮੈਂ ਚੋਂਦਾ ਵਾਂ ਬੈਠੀ, ਜਿਹੜਾ 13-14 ਲੀਟਰ ਦੁੱਧ ਦੱਸਿਆ ਉਹ ਨਾ ਹੋਵੇ ਬੈਠੀ ਕੋਲ, ਬੈਠੀ ਫਰੀ ਦੇ ਦਿਆ ਚੁਆਈ ਵਹਾਇਆ ਜਾ ਆਮ ਸਾਹਿਬ, ਹੁਣ ਇਸ ਤਰ੍ਹਾਂ ਦਾ ਚੁਆ ਅਤੇ ਚਿੱਟਾ ਸਫੈਦ ਦੁੱਧ ਹੋਵੇ ਦਾ ਬਸ ਬੱਚਿਆ। ਠੀਕ ਹੈ ਜੀ ਹਮ ਸਾਹਿਬ ਜੀ ਜੀ ਠੀਕ ਹੈ। ਬਸ ਪੁੱਤਰ ਲਓ ਜੀ ਹੁਣ ਪੂਰੀ ਤਸੱਲੀ ਜਿਹੜੀ ਹੈ ਨਾ ਚੁਆ ਕਰਾਂ ਭਰਾਵਾਂ। ਇਹਦੇ ਨਾ ਦੱਸਣਾ ਹੁੰਦਾ ਮੱਛੀ ਨਾਲ ਬੰਨ ਲੈਣੀ ਸੀ, ਵੰਗਾ ਪਹਿਲਾਂ ਮਾਰ ਲੈਣਾ ਸੀ ਅਤੇ ਭਰਾਵਾਂ ਨੂੰ ਆਖਣਾ ਸੀ ਲਓ ਜੀ ਮੱਛੀ ਥੱਲੇ ਬਾਂਹ ਜਿਹੜਾ ਨਾ ਉਹ ਥੱਲੇ ਬੱਚਾ ਲਾਇਆ ਜੀ ਮੱਛੀ ਬਿਲਕੁਲ 16-99, ਲੇਕਿਨ ਸਾਨੂੰ ਪਤਾ ਮੇਰੇ ਕੋਲ ਭਰਾ ਵਾਲੇ ਫੋਨ 'ਤੇ ਜਾਨਵਰ ਲੈਂਦੇ ਨੇ, ਆਉਣ ਦੇ ਵੀ ਜਾਣਾ ਬੰਦੇ ਸਹਿਮਤ ਨਹੀਂ ਕਰਦੇ। ਫਿਰ ਇਹ ਵੀ ਦੱਸ ਛੱਡੋ ਵੱਛੀ ਨੂੰ ਚੱਟਦੀ ਹੈ ਸਾਰਾ ਕੁਝ ਕਰਦੀ, ਵੱਛੀ ਨੂੰ ਚੱਟਦੀ ਵੀ ਹੈ, ਜੇ ਟਾਈਮ ਤੂੰ ਘੰਟਾ ਉੱਤੇ ਚੁਆਈ ਕੀਤੀ ਹੋਵੇ ਗਾਂ ਰਿੰਗੇ ਦੀ ਵੀ, ਵੱਛੀ ਦੇ ਮਗਰ ਵੀ ਭੱਜੇ ਦੀ, ਲੇਕਿਨ ਇਹ ਆਦਤ ਇਹਨੂੰ ਇਹ ਪੈ ਗਈ ਹੈ ਵੈੜੀ ਜਿਹੜਾ ਨਾ ਕਿਸੇ ਪੱਠੇ ਪਾ ਕੇ ਪਹਿਲਾਂ ਵੈੜੀ ਨੇ ਔਲ ਕੀਤੀ ਹੈ ਅਤੇ ਉਹਦੇ ਤੂੰ ਜਾ ਨਾ ਬੱਚੇ ਤੂੰ ਆਪਣਾ ਦੇਣ ਜਾ ਨਾ ਚੁੱਕ ਗਈ ਹੈ, ਬੱਚਾ ਬਾਅਦ 'ਚ ਛੱਡਣਾ ਜੇ ਤਾਂ ਮੈਂ ਇਹ ਨਹੀਂ ਆਉਂਦਾ ਇਹਨੇ 20 ਕਿਲੋ ਦੁੱਧ ਦੇਣਾ, ਆਹ 16-17 ਸਿਰ ਦੁੱਧ ਵੈੜੀ ਕਿਧਰੇ ਵੀ ਨਹੀਂ ਜਾਣ ਦੇਣ ਵੀ। ਅੰਮ ਸਾਹਿਬ ਇੱਕ ਵਾਰੀ ਸ਼ਕਲ ਸ਼ੁਕਲ ਗਾਂ ਦੀ ਵਿਖਾਇਆ ਜੇ, ਵਗਾਈ ਲੱਗੀ ਹੈ ਪੂਰੀ ਚਸ ਵਿੱਚ ਗਾਂ, ਨਾ ਕੋਈ ਤਰੇਂਦੀ ਹੈ ਵੀ ਨਾ ਕੋਈ ਡਰਦੀ ਹੈ ਵੀ,
ਤੇ ਨਾ ਕੋ ਮਾਰਦੀ ਹੈ ਬਈ। ਦੂਜੀ ਗੱਲ ਜਿਹੜੀ ਦੱਸੀ ਹੈ ਬਈ, ਵੈੜੀ ਰੱਤ ਨਾ ਸੱਟੇ ਤੇ ਤਾਂ ਵੀ ਜਨਾਬ ਜਵਾਬਦਾਰ ਹੋਵਾਂਗੇ, ਬੱਚਾ ਇਹਦਾ ਨਾਂ ਆਪਣਾ ਹੋਵੇ ਤਾਂ ਵੀ ਜਨਾਬ ਜ਼ਿੰਮੇਦਾਰ ਹੋਵਾਂਗੇ। ਦੋਵੇਂ ਟਾਈਮ ਕੋਈ ਬੰਦਾ ਬਿਆਨਾ ਕਰਦੇ ਪੈਸੇ ਦੇ ਹੜੇ, ਦੋਵੇਂ ਟਾਈਮ ਆ ਕੇ ਵੈੜੀ ਮੇਰੀ ਚੋਵੇ, ਦੋਵੇਂ ਟਾਈਮ ਨਾ ਮਿਲੇ ਇਸੇ ਤਰ੍ਹਾਂ ਹੀ ਵੰਗਾ ਮਾਰ ਕੇ ਥੱਲੇ ਬਹਿ ਜਾਣਾ, ਦੋ ਇੱਕ ਕੁ ਮਿੰਟ ਸੇਕਾ ਕਰਨਾ, ਥਣਾਂ ਨੂੰ ਪਾਣੀ ਲਾਉਣਾ ਤਾਂ ਵੈੜੀ ਦੁੱਧ ਲਾ ਹੋਵੇ ਦੀ ਘੇਰ ਫੇਰ ਕਰੇ ਤਾਂ ਮੈਂ ਜੁਰਮਾਨਾ ਦਿਆਂ ਦਾ, ਵੀਡੀਓ ਮੇਰੀ ਰਿਕਾਰਡ ਹੈ, ਇਹ ਕਿਸੇ ਅਗਾਂਹ ਪਿਛਾ ਨਹੀਂ ਜਾ ਸਕਦੀ, ਮੇਰਾ ਆਪਣਾ ਚੈਨਲ ਹੈ, ਦੋ ਨੰਬਰੀ ਮੈਂ ਕਿਸੇ ਨਾਲ ਕਰਕੇ ਜਿਆ ਨਾ ਉਹ ਚੈਨਲ ਨਹੀਂ ਬੰਦ ਕਰਾਉਣਾ, ਇਨਸ਼ਾਅੱਲਾ ਮੇਰੇ ਹੁਕਮ ਨਾਲ ਜਿਹੜਾ ਬੰਦਾ ਆ ਵੱਛੀ ਲੈ ਗਿਆ ਨਾ, ਦੁਆਵਾਂ ਦੇਦਾ ਚੰਗੇ ਲਫਜ਼ਾਂ ਯਾਦ ਕਰਦਾ, ਆਖਦਾ ਮੁੱਲ ਥੋੜ੍ਹਾ ਆਦਾਂ ਚੰਗੀਆਂ ਸੂ ਚੋਖੀਆਂ, ਤਾਂ ਦੁੱਧ ਵੀ ਚੰਗਾ ਚੋਖਾ ਦਿਆ ਨਾ ਵੈੜੀ ਦੂਜੀਆਂ ਨੂੰ ਵਾਹ ਦਿੰਦੀ, ਥੱਲੇ ਫਿਰ ਵੱਛੀ ਚੰਗੀ ਸੂ, ਵੱਛੀ ਦਾ ਕੱਦ ਬਹੁਤ ਬੜਾ, ਨਾੜੂ ਨਾ ਹੋਏ ਤਾਂ ਵੱਛੀ ਦੀ ਹਾਈਟ ਬੜੀ ਹੈ, ਇੱਕ ਥਾਂ ਬੱਚਾ ਪੀਂਦਾ ਰਹੇ ਨਾ ਅੱਧੀ ਕੀਮਤ ਗਾਂਹ ਟੱਪਦਿਆਂ ਨੂੰ ਵੱਛੀ ਕੱਢ ਜਾਣੀ, ਤਾਂ ਦੂਜੀ ਗੱਲ ਨਾਲ ਮਜ਼ੇ ਦੀਏ ਵੇ ਜਾਨਵਰ ਜਿਹਾ ਨਾ ਵੈੜੀ ਦਾ ਦੁੱਧ ਚੋਕ ਥੱਲ ਰੱਖੀਏ ਤਾਂ ਪਤਾ ਇਹ ਜੱਜਮੈਂਟ ਨਹੀਂ ਹੋਣਗੀ ਗਾਂ ਦਾ ਦੁੱਧ ਜਾਂ ਮਾਈ ਦਾ ਦੁੱਧ, ਗਾਂ ਉਸ ਟਾਈਮ ਦੀ ਜਿਹੜੀ ਹੈ ਨਾ ਉਹ ਗਾਲੀ ਲੱਗੀ ਹੋਈ ਹੈ, ਵੈੜੀ ਬੜੀ ਸੌ ਮਸਕੀਨ ਹੈ, ਫਿਰ ਅਗਲਿਆਂ ਪਿਛਲਿਆਂ ਥਣਾਂ ਦਾ ਦੁੱਧ ਵੀ ਬਰਾਬਰ ਹੋਵੇਗਾ ਬਿਲਕੁਲ, ਲੋ ਆ ਹੁਣ ਥਣ ਮੁੱਕ ਗਏ ਜੇ ਅਗਲਾ ਪਿਛਲਾ ਦੋਵੇ ਤਾਂ ਬਰਾਬਰ ਮੁੱਕੇ ਜੇ, ਲਿਆ ਵਾਵਾ ਸਾਹਿਬ ਵਲੀ ਸਾਹਿਬ ਆ ਦੁੱਧ ਪਾਓ ਤੇ ਦੂਜੇ ਦੋ ਥਣ ਚੋ, ਆ ਦੋ ਥਣ ਮੈਂ ਚੋਏ ਤੇ ਚਾਰ ਪੰਜ ਘੰਟੇ ਚੁਆਈ ਦਿੱਤੇ ਹੋਏ ਨੇ, ਐ ਟਾਈਮ ਦੇ ਟਾਈਮ ਬਾਲਟੀ ਜਿਹੜਾ ਨਾ ਇੱਕ ਥਣ ਬਚਨ ਦੇ ਕੇ ਤੇ ਬਾਲਟੀ ਗਾਂ ਭਰ ਖੜੇ ਜੀ, ਤੇ ਜੇ ਮੈਂ ਬੱਚਾ ਮੋਈ ਦੱਸਣੀ ਹੁੰਦੀ ਨਾ ਬਾ ਬੱਚਾ ਮਰ ਗਏ ਆ ਇਹਦਾ ਤੇ ਮੁੱਲ ਤਾਂ ਵੀ ਆ ਲੈਂਦਾ, ਤੁਸੀਂ ਭਰਾ ਦਿੰਦੇ ਹੋ ਪੇ ਤੁਹਾਡਾ ਆਪਣੇ ਤੁਹਾਡੇ ਦੇ ਇਨਸਾਫ ਹੈ, ਤੁਸੀਂ ਫਿਰ ਵੀ ਇਹ ਗਾਂ ਲੈ ਲੈਣੀ ਸੀ, ਇਹਦਾ ਮੁੱਲ ਹੈ ਕੋਈ ਵੀ ਨਹੀਂ 355,000 ਰੁਪਈਆ, ਲੇਕਿਨ ਮੇਰਾ ਜ਼ਮੀਰ ਨਹੀਂ ਮੰਨਿਆ ਵਾ ਵੱਛੀ ਹੈ ਜੇ ਨਾਲ ਹੀ ਦੀ ਤਾਂ ਮੈਂ ਦੇਣੀ ਨਾਲ, ਨਹੀਂ ਤਾਂ ਗਾਂ 355,000 ਦਾ ਰੇਟ ਲਾ ਕੇ ਵੱਛੀ ਲਾ ਲੈਂਦਾ, ਵੱਛੀ ਜਿਹੜੀ ਹੈ 20-25,000 ਦੀ 30,000 ਦੀ ਭਰਾ ਵੇਚ ਛੱਡਦਾ ਤਾਂ ਵੀ ਫਾਇਦਾ ਸੀ ਮੈਨੂੰ, ਲੇਕਿਨ ਮੇਰਾ ਨਾਂ ਹੈ ਨਾਲ ਹੈ ਮੈਂ ਦੇਣੀ ਵੀ ਨਾਲ ਹੀ, ਕੋਈ ਗੜ ਮਰੋੜ ਹੀ ਹੋਈ ਛੱਟਾ ਫੁਹਾਰਾ ਹੋਇਆ ਵੈੜੀ ਜਿਹੜਾ ਥਣ ਵੱਧ ਘੱਟ ਹੋਇਆ, 100 ਰੁਪਈਆ ਵੀ ਨਹੀਂ ਲੈਗਾ ਉਲਟਾ ਜੁਰਮਾਨਾ ਦਿਆਂ ਦਾ, ਮਾਜ਼ਰਤ ਨਹੀਂ ਕਰਾਂਗਾ,
ਇੱਕ ਹੋਰ ਵੀ ਇਹਦਾ ਕੰਮ ਵਹਾਣਾ ਇਹਦੀ ਜਿਹੜੀ ਥੱਲੇ ਵੱਛੀ ਹੈ ਨਾ ਅੰਬ ਸਾਹਿਬ ਉਹਦੇ ਥਣ ਵਹਾਣੇ ਨੇ ਉਹਦਾ ਥਣ ਉਹ ਵੱਛੀ ਜਿਹੜਾ ਲੱਗੇ ਆ ਉਹ ਇੱਕ ਬਾਂਦ ਦਾ ਲੱਗੇ ਆ ਕੱਲ੍ਹ ਉਹਨੇ ਤਿਆਰ ਤਾਂ ਹੋਣਾ ਹੀ ਹੈ ਨਾ ਕੀ ਖਿਆਲ ਹੈ ਕਾਲੇ ਥਣ ਲੱਗੇ ਨੇ ਇਹਦੀ ਜਿਹੜੀ ਵੱਛੀ ਹੈ ਥੱਲੇ ਉਹਨੂੰ ਵੀ ਕੱਲ੍ਹ ਨੂੰ ਤਿਆਰ ਤਾਂ ਉਹਨੇ ਵੀ ਹੋਣਾ ਹੀ ਹੈ ਨਾ ਥੱਲੇ ਬਾਹਰ ਥੱਲੇ ਨਾ ਇੱਕ ਥਣ ਚਿੱਟਾ ਤੇ ਤ੍ਰੈਕ ਆਏ ਹੈ ਤੇ ਚੰਗਾ ਮੋਟਾ ਥਣ ਇਹ ਹੋਣੀ ਨਿੱਕੀ ਵੱਛੀ ਹੈ ਤੇ ਥਣ ਬੜਾ ਪਿਆਰਾ ਇਹਦਾ ਇੱਧਰ ਕਰੋ ਤੁਸੀਂ ਹੁਣ ਮਾਲ ਇਹ ਸਾਰੀਆਂ ਤਸੱਲੀਆਂ ਜਿਹੜੀਆਂ ਨਾ ਸਾਰੋ ਕੋਈ ਚੈਨਲ ਆਇਆ ਕਰਾਉਣ ਦੇ ਸਾਰੀਆਂ ਕੁਆਲਿਟੀਆਂ ਸਾਰੋ ਕੋਈ ਚੈਨਲ ਆਇਆ ਦੱਸਣ ਦੇ ਹੋਰ ਚੈਨਲ ਆਏ ਜ਼ਰੂਰਤ ਨਹੀਂ ਪੈਣ ਦੀ ਲਿਬਾਸ ਵਹਾਇਆ ਜਾਂ ਅੰਮ ਸਾਹਿਬ ਐਂ ਪਿੱਛੋਂ ਬੈਠੀ ਐਂ ਲੱਗੇ ਜਿਵੇਂ ਪੱਛੜ ਹੋ ਜਾਏ ਚੋਏ ਆ ਸਾਂਭ ਕੇ ਪੱਛੜ ਹੋ ਜਾਏ ਐਂ ਘਿਓ ਦਾ ਜਿਵੇਂ ਛਾਪਰ ਨੂੰ ਚੜਦਾ ਐਂ ਨੂੰ ਚੜੇ ਦੀ ਬੈੜੀ ਮੇਰੀ ਠੀਕ ਹੋ ਗਿਆ ਅੰਮ ਸਾਹਿਬ ਨੂੰ ਵੱਛੀ ਛੱਡੀ ਲਓ ਹੁਣ ਥਣਾ ਵੇ ਦੁੱਧ ਹੈ ਵੇ ਉਹ ਵੱਛੀ ਨੂੰ ਛੱਡਨੇ ਆ ਵੱਛੀ ਲਿਆਓ ਜੀ ਨਜ਼ਰ ਆ ਗਿਆ ਜੀ ਆ ਮਾੜੀ ਚੰਗੀ ਵੀ ਹੇਰ ਫੋਰ ਹੋਈ ਤੇ ਇਹ ਕੰਮ ਕਰਨਾ ਹੀ ਛੱਡ ਦਿਆਂ ਦੇ ਚੜਦੀ ਹੈ ਵੀ ਉਹ ਦਿਸਦਾ ਹੈ ਵੱਛੀ ਨੂੰ ਚੱਟੇ ਦੀ ਵੀ ਵੱਛੀ ਨੂੰ ਮੰਨੇ ਦੀ ਵੀ ਸਿਰਫ ਹੈ ਵੇ ਦੁੱਧ ਜਿਹਾ ਨਹੀਂ ਉਹ ਲਾਣਾ ਗਾੜੀ ਨੇ ਤੇ ਉਹ ਅਵੰਗਾ ਮਾਰ ਕੇ ਥੱਲੇ ਬਹਿਣਾ ਤੇ ਉਹ ਵੱਛੀ ਨੇ ਲਾਣਾ ਇਹਨਾਂ ਗੱਲਾਂ ਲਈ ਲੈਂਦੇ ਹਾਂ ਇਜਾਜ਼ਤ ਨਵੀਂ ਵੀਡੀਓ 'ਚ ਫਿਰ ਭਰਾਵਾਂ ਆ ਗਿਆ ਹਾਜ਼ਰਾਵਾਂ ਦਾ ਨਵੇਂ ਜਾਨਵਰਾਂ ਨਾਲ ਦੁਆਵਾਂ ਯਾਦ ਰੱਖਿਆ ਜੇ ਅਸੀਂ ਤੁਹਾਨੂੰ ਪਸੰਦ ਆਵੀਏ ਸਾਡੇ ਜਾਨਵਰ ਪਸੰਦ ਆਉਣ ਤੇ ਵੀਡੀਓ ਨੂੰ ਲਾਈਕ ਕਰ ਛੱਡਣਾ ਕਮੈਂਟ 'ਚ ਮਾਸ਼ਾਅੱਲਾ ਜ਼ਰੂਰ ਆਉਣਾ ਅੱਲਾ ਦੇ ਹਵਾਲੇ ਨਾਰਾਏ ਹਾਦਰੀ ਜੈ